ਸਤ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਸਟੱਡੀ ਹਾਵੇ ਟੂ ਸਕਸੈਸ ਲੈ ਕੇ ਆ ਚੁੱਕਾ ਹਾਂ ਤੁਹਾਡੇ ਲਈ ਇੱਕ ਸ਼ਾਨਦਾਰ ਗਵਰਨਮੈਂਟ ਜੌਬ ਅਪਡੇਟ ਜੋ ਕਿ ਡਾਇਰੈਕਟਲੀ ਨਿਕਲ ਕੇ ਆ ਰਹੀ ਹੈ ਪੀਐਸਪੀਸੀਐਲ ਵੱਲੋਂ ਸਹਾਇਕ ਲਾਈਨਮੈਨ ਦੇ ਉੱਪਰ ਚਲੋ ਅੱਗੇ ਇਸ ਵੀਡੀਓ ਵਿੱਚ ਅਸੀਂ ਇਸੇ ਵੈਕੈਂਸੀ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ ਜਿਵੇਂ ਕਿ ਇਸ ਦਾ ਡਿਟੇਲ ਸਿਲੈਕਸ਼ਨ ਪ੍ਰੋਸੈਸ ਨਾਲ ਹੀ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਦੇਖਾਂਗੇ ਇਗਜ਼ਾਮ ਪੈਟਰਨ ਕੀ ਹੋਵੇਗਾ ਇਗਜ਼ਾਮ ਸਿਲੇਬਸ ਸਮਝਾਂਗੇ ਨਾਲ ਹੀ ਸਿਲੈਕਸ਼ਨ ਹੋਣ ਤੋਂ ਬਾਅਦ ਤੁਹਾਨੂੰ ਸੈਲਰੀ ਕਿੰਨੀ ਮਿਲੇਗੀ ਹੋਰ ਵੀ ਬਹੁਤ سارے ਇੰਪੋਰਟੈਂਟ ਪੁਆਇੰਟ ਇਸ ਵੀਡੀਓ ਵਿੱਚ ਡਿਟੇਲ ਨਾਲ ਡਿਸਕਸ ਕਰਾਂਗੇ ਤਾਂ ਫਰੈਂਡ ਜੇ ਤੁਸੀਂ ਇਸ ਵੈਕੈਂਸੀ ਨੂੰ ਲੈ ਕੇ ਇੰਟਰਸਟਡ ਹੈਗੇ ਹੋ ਤਾਂ ਯਾਰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਹੁਣ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰੀਏ ਇਸ ਵੈਕੈਂਸੀ ਜਾਂ ਫਿਰ ਪੋਸਟ ਬਾਰੇ ਤਾਂ ਇਹ ਪੀਐਸਪੀਸੀਐਲ ਵਿੱਚ ਲਾਈਨਮੈਨ ਦੀ ਰਿਕਰੂਟਮੈਂਟ ਹੈ ਹੁਣ ਗੱਲ ਕਰਦੇ ਹਾਂ ਟੋਟਲ ਨੰਬਰ ਔਰ ਵੈਕੈਂਸੀ ਬਾਰੇ ਤਾਂ ਇਸ ਦੇ ਵਿੱਚ ਟੋਟਲ ਨੰਬਰ ਔਰ ਵੈਕੈਂਸੀ 1690 ਹਨ ਕੈਟਾਗਰੀਜ਼ ਵਾਈਜ਼ ਡਿਟੇਲ ਤੁਸੀਂ ਨੋਟੀਫਿਕੇਸ਼ਨ ਵਿੱਚ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਜਲਦ ਜਾਰੀ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਵੈਕੈਂਸੀ ਦੀ ਇੰਪੋਰਟੈਂਟ ਡੇਟ ਬਾਰੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਇਹਨਾਂ ਨੇ ਕਿਹਾ ਵੀ 31/5/2022 ਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਇਸ ਦਾ ਜਾਰੀ ਹੋ ਜਾਵੇਗਾ ਉਮੀਦਵਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਸ ਸਮੇਂ ਤੇ ਪੀਐਸਪੀਸੀਲ ਦੀ ਵੈਬਸਾਈਟ ਤੇ ਚੈੱਕ ਕਰਦੇ ਰਹਿਣ ਠੀਕ ਆ ਇਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ 31/5/2022 ਨੂੰ ਜਾਰੀ ਹੋ ਜਾਵੇਗਾ ਹੁਣ ਗੱਲ ਕਰਦੇ ਆ ਫਾਰਮ ਫੀ ਦੀ ਜਰਨਲ OBC ਲਈ 944 ਰੁਪਏ SC PWD ਲਈ 590 ਰੁਪਏ ਪੇਮੈਂਟ ਤੁਸੀਂ ਆਨਲਾਈਨ ਕਰ ਸਕਦੇ ਹੋ ਠੀਕ ਆ ਫਾਈਨਲੀ ਆਉਨੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਏਜ ਲਿਮਟ ਦੀ ਫਿਰ ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ ਗੱਲ ਕਰੀਏ ਏਜ ਲਿਮਟ ਇਹਦੇ ਵਿੱਚ ਤੁਹਾਡੀ ਮਿਨਿਮਮ ਏਜ 18 ਸਾਲ ਹੋਣੀ ਚਾਹੀਦੀ ਆ ਮੈਕਸਿਮਮ ਏਜ 37 ਇਅਰ ਹੁਣ ਗੱਲ ਕਰਦੇ ਆ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਇਹਦੇ ਵਿੱਚ ਸਿੰਪਲ ਤੁਸੀਂ 10th ਪਾਸ ਨਾਲ ਆਈਟੀਆ ਕੀਤੀ ਹੋਣੀ ਚਾਹੀਦੀ ਆ ਲਾਈਨਮੈਨ ਦੀ ਟ੍ਰੇਡ ਵਿੱਚ ਓਕੇ ਕਲੀਅਰ ਫਾਈਨਲੀ ਗੱਲ ਕਰਦੇ ਆ ਸਿਲੈਕਸ਼ਨ ਪ੍ਰੋਸੈਸ ਦੇ ਬਾਰੇ ਮੀਨਸ ਜਦੋਂ ਤੁਸੀਂ ਵੈਕੈਂਸੀ ਦੇ ਫਾਰਮ ਫਿਲ ਕਰਤੇ ਤਾਂ ਫਾਈਨਲ ਸਿਲੈਕਸ਼ਨ ਲੈਣ ਤੱਕ ਕਿਹੜੇ ਕਿਹੜੇ ਸਟੇਜ ਪਾਸ ਕਰਨੇ ਪੈਣਗੇ ਬੇਸਿਕਲੀ ਇਸ ਦਾ ਸਿਲੈਕਸ਼ਨ ਪ੍ਰੋਸੈਸ ਇੱਕ ਮੇਜਰ ਸਟੈਪ ਤੇ ਟਿਕਿਆ ਹੁੰਦਾ ਜੋ ਕਿ ਆਨਲਾਈਨ ਟੈਸਟ ਹੁੰਦਾ ਹੈ ਜਿਸ ਦੇ ਵਿੱਚ ਤੁਹਾਨੂੰ ਜਰਨਲ ਇੰਗਲਿਸ਼ ਦੇ 10 ਕੁਐਸਚਨ 10 ਮਾਰਕ ਦੇ ਜਰਨਲ ਅਵੇਅਰਨੈਸ ਐਂਡ ਜੀਕੇ 10 ਕੁਐਸਚਨ 10 ਮਾਰਕਸ ਰੀਜ਼ਨਿੰਗ 10 ਕੁਐਸਚਨ 10 ਮਾਰਕ ਐਂਡ ਲਾਈਨਮੈਂਟ ਸਬਜੈਕਟ ਰਿਲੇਟਡ ਇਹਦੇ 70 ਕੁਐਸਚਨ ਹੁੰਦੇ ਹਨ 70 ਨੰਬਰਾਂ ਦੇ ਟੋਟਲੀ ਤੁਹਾਡਾ 100 ਨੰਬਰ ਦਾ ਪੇਪਰ ਹੁੰਦਾ ਤੇ ਇਸ ਦੇ ਵਿੱਚ 100 ਕੁਐਸਚਨ ਹੁੰਦੇ ਹਨ ਤਾਂ ਹੁਣ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਇਸ ਵੈਕੈਂਸੀ ਰਿਕਾਰਡਿੰਗ ਕੰਪਲੀਟ ਡਿਟੇਲ ਦੇ ਦਿੱਤੀ ਬਾਕੀ ਡਿਟੇਲ ਨੋਟੀਫਿਕੇਸ਼ਨ ਆਉਣ ਤੇ ਤੁਹਾਨੂੰ ਮਿਲ ਜਾਵੇਗਾ ਜੇ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਕਮੈਂਟ ਕਰਕੇ ਪੁੱਛ ਲੈਣਾ ਆਨਸਰ ਜ਼ਰੂਰ ਮਿਲੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਐਂਡ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਹੋਰ ਨੋਟੀਫਿਕੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਲਦੀ thank you jai